ਮੈਂ ਡਾਕਟਰ ਆਨੁਪਮ ਦੇਵ ਡਾਕਟਰ ਅਮਰ ਸਿੰਘ ਅਜ਼ਾਦ ਜੀ ਦੀ ਬੇਟੀ ਆ ਪਾਪਾ ਨੇ ਇੱਕ ਕੰਮ ਜਿਹੜਾ ਸ਼ੁਰੂ ਕੀਤਾ ਸੀਗਾ ਲੋਕਾਂ ਨੂੰ ਬਿਨਾਂ ਦਵਾਈਆਂ ਤੋਂ ਠੀਕ ਕਰਨ ਵਾਲਾ ਹੁਣ ਉਹ ਮੇਰੇ जिम्मे ਹੈ ਤੇ ਮੇਰੀ ਪੂਰੀ ਕੋਸ਼ਿਸ਼ ਹੈ ਕਿ ਮੈਂ ਇਸ ਕੰਮ ਨੂੰ ਅੱਗੇ ਵਧਾਵਾਂ ਸਾਡੇ ਸਾਰਿਆਂ ਦੇ ਸਹਿਯੋਗ ਨਾਲ ਤੇ ਜੋ ਮਿਸ਼ਨ ਕਰਨਾ ਚਾਹੁੰਦੇ ਸੀ ਇਸ ਧਰਤੀ ਨੂੰ ਕੈਮੀਕਲ ਫ੍ਰੀ ਸਾਨੂੰ ਦਵਾਈਆਂ కెమికల్స్ ਤੋਂ ਫ੍ਰੀ ਉਹ ਅੱਗੇ ਵਧੇ ਤੇ ਤਾਂ ਹੀ ਮੈਂ ਅੱਜ ਤੁਹਾਡੇ ਸਾਹਮਣੇ ਰੂਬਰੂ ਹੋ ਰਹੀ ਆ ਤੇ ਮੇਰਾ ਅੱਜ ਮੇਨ ਪਰਪਸ ਜਿਹੜਾ ਕੀ ਪਾਪਾ ਦਾ ਵੀ ਬਹੁਤ ਫੇਵਰਟ ਟੌਪਿਕ ਸੀ ਉਹਨਾਂ ਦਾ ਪਹਿਲਾ ਟੌਪਿਕ ਇਹੀ ਹੁੰਦਾ ਸੀ ਕਿ ਆਪਾਂ ਇੱਕ ਹੈਲਥ ਨੂੰ ਪਹਿਲਾਂ ਸਮਝੀਏ ਕਿ ਅਸੀਂ ਜੇ ਠੀਕ ਹੋਣਾ ਚਾਹੁੰਦੇ ਆ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਠੀਕ ਕੀ ਕਰਨਾ ਹੈ ਹੈਲਥ ਦਾ ਮਤਲਬ ਹੁੰਦਾ ਕੀ ਹੈ ਅਪਾ ਕਾੜੇ ਪਿੰਨਿਆ ਅਪਾ ਡਾਈਟ ਕਰਦੇ ਆ ਆਪਾਂ ਸਵੇਰੇ ਵਰਜਿਸ਼ ਕਰਦੇ ਆ ਆਪਾਂ ਸਾਰਾ ਕੁਝ ਕਰਦੇ ਆ ਆਪਾਂ ਪਾਣਾ ਕੀ ਚਾਹੁੰਨੇ ਆ ਆਪਾਂ ਕਰਨਾ ਕੀ ਚਾਹੁੰਨੇ ਆ ਇਥੋਂ ਇਹ ਵਰਡ ਜਿਹੜਾ ਹੋਲਿਸਟਿਕ ਹੋਲਿਸਟਿਕ ਵਰਡ ਅੱਜਕੱਲ ਬੜਾ ਪਪੂਲਰ ਵਰਡ ਹੈ ਬੜਾ ਇਨ ਵਰਡ ਹੈ ਹੋਲ ਹੋਲ ਤੋਂ ਬਣਿਆ ਹੋਲਿਸਟਿਕ ਦਾ ਮਤਲਬ ਹੁੰਦਾ ਇੱਕ ਪੂਰਾਪਣ ਹੋਲ ਹੁਣ ਜੇ ਆਪਾਂ ਸਿੱਧੀ ਗੱਲ ਕਰੀਏ ਤਾਂ ਸਿਹਤ ਦੇ ਮਾਮਲੇ ਵਿੱਚ ਹੋਲ ਕਿਸ ਨੂੰ ਕਹਿੰਨੇ ਆ ਆਪਾਂ ਸੋ ਇਹਦੇ ਤਿੰਨ ਤਰ੍ਹਾਂ ਦੇ ਮਤਲਬ ਨਿਕਲ ਸਕਦੇ ਆ ਸਿਹਤ ਦੇ ਰਿਲੇਸ਼ਨ ਦੇ ਵਿੱਚ ਪਹਿਲਾ ਹੋਲਿਸਟਿਕ ਹੈਲਥ ਕਹਿੰਨੇ ਆ ਆਪਾਂ ਜਿਹੜੀਆਂ ਸਾਰੀਆਂ ਪੈਥੀਜ਼ ਹੁੰਦੀਆਂ ਐ ਪੈਥੀਜ਼ ਮਤਲਬ ਜਿਵੇਂ ਆਯੁਰਵੇਦਾ ਹੋ ਗਿਆ ਐਲੋਪੈਥੀ ਨੂੰ ਛੱਡ ਕੇ ਆਯੁਰਵੇਦਾ ਹੋ ਗਿਆ ਕੋਈ ਮੈਗਨੈਟੋਥੈਰੇਪੀ ਹੋ ਗਈ ਕੋਈ ਹੋਮੀਓਪੈਥੀ ਹੋ ਗਈ ਹਨਾ ਅਲੱਗ-ਅਲੱਗ ਜਿਹੜੀਆਂ ਅਲਟਰਨੇਟਿਵ ਮੈਡੀਸਿਨਸ ਐ ਆਦਰ than ਐਲੋਪੈਥੀ ਉਸ ਨੂੰ ਆਪਾਂ ਇਹਦੇ ਵਿੱਚ ਹੋਲਿਸਟਿਕ ਮੈਡੀਸਿਨ ਦੇ ਵਿੱਚ ਲੈਣੇ ਆ ਹੋਲਿਸਟਿਕ ਮੈਡੀਸਿਨ ਜਿਹੜਾ ਆਪਾਂ ਕਰਦੇ ਆਂ ਇਹਦੀ ਖਾਸ ਗੱਲ ਇਹ ਹੈ ਕਿ ਇਹ ਤੁਹਾਡੇ ਬੋਡੀ ਨੂੰ ਓਵਰਆਲ ਹੀਲ ਕਰਦੀ ਹੈ ਐਲੋਪੈਥੀ ਵਾਂਗੂ ਐ ਨਹੀਂ ਹੋਊਗਾ ਵੀ ਤੁਹਾਡੇ ਸਿਰ ਪੀਠੀ ਠੀਕ ਕਰਤੀ ਜਾਂ ਤੁਹਾਡੇ ਗੋਡੇ ਦਰਦ ਠੀਕ ਕਰਤੇ ਸਿੰਪਟਮ ਨੂੰ ਦਵਾਤਾ ਇਹਨੇ ਕੀ ਕਰਨਾ ਹੈ ਇਹਨੇ ਤੁਹਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਵਧਾਉਣਾ ਹੈ ਵੀ ਜਿਵੇਂ ਬਾਪਾ ਕਹਿੰਦੇ ਹੁੰਦੇ ਸੀ ਕਿ ਅਸੀਂ ਜਿਹੜੇ ਆਪਣੇ ਸਰੀਰ ਨੂੰ ਹਮੇਸ਼ਾ ਏਕੀ ਰੱਖਣਾ ਤੇ ਰੋਗਾਂ ਨੂੰ ਉੰਨੀ ਰੱਖਣਾ ਜੇ ਕਿਤੇ ਇਮਿਊਨਿਟੀ ਘੱਟ ਗਈ ਉਹ ਕੜਿੱ ਘਟ ਕੇ ਉਨੀ ਹੋ ਗਈ ਤਾਂ ਫਿਰ ਆਪਾਂ ਬਿਮਾਰ ਪੈ ਜਾਾਂਗੇ ਲੇਕਿਨ ਜੇ ਆਪਾਂ ਆਪਣੇ ਸਰੀਰ ਨੂੰ ਠੀਕ ਰੱਖਿਆ ਤਾਂ ਬਿਮਾਰੀਆਂ ਫਿਰ ਨੀਚੀ ਰਹਿ ਜਾਣਗੀਆਂ ਉਹ ਆਪਾਂ ਨੂੰ ਆਪਾਂ ਕਦੇ ਵੀ ਬਿਮਾਰ ਨਹੀਂ ਹੋਵਾਂਗੇ ਸੋ ਇੱਕ ਹੋਲਿਸਟਿਕ ਹੈਲਥ ਦਾ ਇਹ ਮਤਲਬ ਹੈ ਦੂਜਾ ਜਿਹੜਾ ਮਤਲਬ ਹੈ ਇਹ ਮੈਂ ਜਿਹੜੇ ਤੁਹਾਨੂੰ ਸਾਰੀ ਦੱਸ ਰਹੀਆਂ ਇਹ ਮਤਲਬ ਇੱਕ ਮੈਂ ਐਲੋਪੈਥੀ ਦੇ ਡਰਾਅ ਬੈਕਸ ਵੀ ਹੈ ਮਤਲਬ ਮੈਂ ਕਿਉਂਕਿ ਐਮਬੀਬੀਐਸ ਐਮਡੀ ਕੀਤੀ ਹੋਈ ਹੈ ਅਸੀਂ ਜਦੋਂ ਮੈਡੀਕਲ ਕਾਲਜ ਵਿੱਚ ਪੜ੍ਹਦੇ ਹੁੰਦੇ ਸੀ ਤੇ ਅਸੀਂ ਪੜ੍ਹਦੇ ਹੁੰਦੇ ਸੀ ਅੱਡ ਅੱਡ ਸਿਸਟਮ ਡਾਈਜੈਸਟਿਵ ਸਿਸਟਮ ਪਾਚਨ ਵਾਲਾ ਸਿਸਟਮ ਨਸਾਂ ਵਾਲਾ ਸਿਸਟਮ ਅੱਡ ਬਲੱਡ ਵਾਲਾ ਸਿਸਟਮ ਅੱਡ ਹੱਡੀਆਂ ਵਾਲਾ ਸਿਸਟਮ ਅੱਡ ਮਤਲਬ 8-10 ਜਿਹੜੇ ਪੂਰੇ ਸਿਸਟਮ ਜੇ ਹੁੰਦੇ ਸੀਗੇ ਤੇ ਅਸੀਂ ਉਹਨਾਂ ਬਾਰੇ ਪੜ੍ਹਦੇ ਹੁੰਦੇ ਸੀ ਉਹਨਾਂ ਦੀਆਂ ਬਿਮਾਰੀਆਂ ਹੁੰਦੀਆਂ ਸੀ ਬਿਮਾਰੀਆਂ ਦੇ ਸਿੰਪਟਮ ਹੁੰਦੇ ਸੀ ਤੇ ਉਹਨਾਂ ਦੇ ਹੋਰ ਅੱਡ ਦਵਾਈਆਂ ਹੁੰਦੀਆਂ ਸੋ ਇਹਦਾ ਕੀ ਆਪਾਂ ਨੂੰ ਸਿਖਾਇਆ ਗਿਆ ਵੀ ਜਿਹੜਾ ਆਪਣਾ ਸਰੀਰ ਇੱਕ ਤਾਂ ਵੰਡਿਆ ਜਾ ਪਿਆ ਪੂਰਾ ਹੈਨਾ ਤੇ ਜੇ ਮਾਨੂੰ ਤੁਹਾਡਾ ਸਿਰ ਪੀੜ ਹੋ ਰਿਹਾ ਹੋਗਾ ਤੁਸੀਂ ਅੱਡ ਦਵਾਈ ਖਾਣੀ ਹੈ ਹੈਨਾ ਜੇ ਤੁਹਾਡਾ ਟਿੱਡ ਪੀੜ ਹੈ ਤਾਂ ਤੁਸੀਂ ਅੱਡ ਦਵਾਈ ਖਾਓਗੇ ਜੇ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਅੱਡ ਦਵਾਈ ਖਾਓਗੇ ਮਤਲਬ ਇੱਕ ਤਰ੍ਹਾਂ ਸਾਡੇ ਮਨ ਵਿੱਚ ਇਹ ਭਰਿਆ ਗਿਆ ਕਿ ਜੇ 800 ਬਿਮਾਰੀਆਂ ਨੇ ਉਹਨਾਂ ਦੇ 8000 ਚਿੰਨ ਨੇ ਸਿੰਪਟਮਸ ਨੇ ਤੇ ਹੁਣ ਇਹ ਕੰਮ ਬੰਦਾ 8000 ਚੀਜ਼ਾਂ ਨੂੰ ਮਤਲਬ ਕਿਵੇਂ ਠੀਕ ਕਰੂਗਾ ਸੋ ਫਿਰ ਆਪਾਂ ਟਹਿ ਟੇਰੀ ਪੈ ਜਾਂਦੇ ਸੀ ਕਿਵੇਂ ਕਰੀਏ ਤਾਂ ਸਾਡੇ ਹੱਥ ਵਸਦੀ ਗੱਲ ਹੈ ਨਹੀਂ ਠੀਕ ਹੈ ਬਟ ਜਿੰਨੇ ਵੀ ਸਾਰੇ ਸਿਸਟਮ ਦੀ ਮੈਂ ਗੱਲ ਕੀਤੀ ਹੈ ਸਾਰੇ ਇੱਕੋ ਸ਼ਰੀਰ ਚ ਆਪਾਂ ਇੱਕ ਆ ਇਹ ਇੱਕੋ ਸ਼ਰੀਰ ਚ ਸਾਰੇ ਸਿਸਟਮ ਚੱਲਦੇ ਆ ਸੋ ਜਿੰਨੇ ਵੀ ਹੋਲਿਸਟਿਕ ਅਲਟਰਨੇਟਿਵ ਮੈਡੀਸਿਨਸ ਆ ਇਹਨਾਂ ਦਾ ਜੋਰ ਸ਼ਰੀਰ ਨੂੰ ਠੀਕ ਕਰਨ ਤੇ ਹੁੰਦਾ ਇਸ ਲਈ ਤੁਸੀਂ ਦੇਖੋ ਜਦੋਂ ਮਿਲਟਸ ਖਾਣੇ ਸ਼ੁਰੂ ਹੋਵੋਗੇ ਮਰੀਜ਼ ਕਦੇ ਆ ਕੇ ਕਹਿੰਦਾ ਜੀ ਮੈਨੂੰ ਤੁਸੀਂ ਹੱਡੀਆਂ ਨੂੰ ਛੱਡ ਦਿਓ ਮੇਰਾ ਥਾਇਰੋਇਡ ਠੀਕ ਕਰ ਦਿਓ ਫਿਰ ਤੁਸੀਂ ਕਹਿੰਦੇ ਨਹੀਂ ਹੋਗਾ ਜੇ ਠੀਕ ਹੋਣੇ ਸ਼ੁਰੂ ਹੋਵੋਗੇ ਤਾਂ ਪੂਰੇ ਠੀਕ ਹੋਵੋਗੇ ਥਾਇਰੋਇਡ ਵੀ ਠੀਕ ਹੋਊਗਾ ਜੇ ਸ਼ੂਗਰ ਹੈਗੀ ਹੈ ਸ਼ੂਗਰ ਵੀ ਠੀਕ ਹੋਊਗੀ ਹੱਡੀਆਂ ਦੂਧੀਆਂ ਉਹ ਵੀ ਠੀਕ ਹੋਊਗਾ ਕਿਉਂ ਕਿਉਂਕਿ ਅਲਟਰਨੇਟਿਵ ਮੈਡੀਸਿਨ ਦੀ ਫੋਕਸਿੰਗ ਡਿਫਰੈਂਟ ਹੈ ਇਹ ਇੱਕ ਇੱਕ ਸਿਸਟਮ ਨੂੰ ਨਹੀਂ ਇਹਨਾਂ ਨੇ ਹਿੱਟ ਕਰਨਾ ਇਹਨਾਂ ਨੇ ਇਹਨ ਕੀ ਕਰਨਾ ਹੈ ਸਰੀਰ ਦੀ ਤਾਕਤ ਨੂੰ ਹੀ ਚੱਕਣਾ ਤੇ ਉਹ ਤਾਕਤ ਜਿਹੜੀ ਹੈ ਤੁਹਾਡੇ ਸਰੀਰ ਚ ਜਾ ਕੇ ਜਿਹੜੇ ਵੀ ਤੁਹਾਡੇ ਨੈਗੇਟਿਵ ਫੈਕਟਰਸ ਹੈ ਕੋਈ ਟਾਕਸਿਨਸ ਹੈ ਕੋਈ ਰੋਂਗ ਬੈਕਟੀਰੀਆ ਵਾਇਰਸ ਹੈ ਉਹ ਸਰੀਰ 'ਚ ਉਹਨਾਂ ਨਾਲ ਫਾਈਟ ਕਰੇਗੀ ਸਾਰੀਆਂ ਬਿਮਾਰੀਆਂ ਠੀਕ ਹੋਣੀਆਂ ਸ਼ੁਰੂ ਹੋਣਗੀਆਂ ਇਸ ਪੱਖੋਂ ਵੀ ਜਿਹੜੀ ਹੋਲਿਸਟਿਕ ਮੈਡੀਸਿਨ ਹੈ ਐਲੋਪੈਥੀ ਨਾਲੋਂ ਅੱਡਾ ਤੇ ਇੱਕ ਤੀਸਰਾ ਜਿਹੜਾ ਮਤਲਬ ਹੈ ਹੌਲਿਸਟਿਕ ਵਰਡ ਦਾ ਇਹ ਬੜਾ ਪਿਆਰਾ ਜਿਹਾ ਮਤਲਬ ਹੈ ਹੌਲਿਸਟਿਕ ਦਾ ਮਤਲਬ ਇਹ ਹੋਇਆ ਕਿ ਅਸੀਂ ਇਸ ਧਰਤੀ ਤੇ ਆਏ ਆ ਕਿੰਨੇ ਸਾਰੇ ਜੀਵ ਜੰਤੂ ਆ ਛੋਟੇ ਛੋਟੇ ਬੈਕਟੀਰੀਆ ਤੋਂ ਲੈ ਕੇ ਵੱਡੇ ਵੱਡੇ ਸ਼ੇਰ ਕੋਈ ਜ਼ੀਰਾਫ ਕੋਈ ਕੁਛ ਕੋਈ ਕੁਝ ਤੇ ਅਸੀਂ ਸਾਰੇ ਆਪਸ ਵਿੱਚ ਜੁੜੇ ਹੋਏ ਹਾਂ ਚਾਹੇ ਹਵਾ ਦੇ थ्रू ਜੁੜੇ ਹੋਏ ਆਂ ਚਾਹੇ ਮਿੱਟੀ ਦੇ थ्रू ਜੁੜੇ ਹੋਏ ਆਂ ਚਾਹੇ ਆਪਾਂ ਪਾਣੀ ਦੇ थ्रू ਜੁੜੇ ਹੋਏ ਆਂ ਜਾਂ ਆਪਾਂ ਇੱਕੋ ਫੂਡ ਚੇਨ ਦਾ ਹਿੱਸਾ ਇਸ ਗੱਲ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ ਪਹਿਲਾਂ ਇਹ ਗੱਲ ਸਿਰਫ ਆਪਣੇ ਗ੍ਰੰਥਾਂ ਵਿੱਚ ਲਿਖੀ ਹੁੰਦੀ ਸੀ ਪਰ ਅੱਜ ਕੱਲ ਇਹ ਜਿਹੜੀ ਕਿ ਨਵੀਂ ਸਾਇੰਸ ਆਈ ਹੈ ਆਪਾਂ ਜਿਹਨੂੰ ਕੁਆਂਟਮ ਫਿਜ਼ਿਕਸ ਕਹਿੰਦੇ ਆਂ ਇਹ ਮਤਲਬ ਹੈਰਾਨੀ ਦੇ ਗੱਲ ਹੈ ਜਿਹੜੀ ਅੱਜ ਹਜ਼ਾਰਾਂ ਸਾਲ ਪਹਿਲਾਂ ਇੱਕ ਗੱਲ ਆਪਣੇ ਬਾਬਿਆਂ ਨੇ ਬੋਲਤੀ ਸੀ ਅੱਜ ਸਾਇੰਸ ਵੀ ਉਹੀ ਗੱਲ ਬੋਲ ਰਹੀ ਹੈ ਕਿ ਅਸੀਂ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਜੇ ਇਹਨਾਂ ਚੋਂ ਕੁਝ ਵੀ ਹਿੱਲੂਗਾ ਸਾਰਿਆਂ ਦੀ ਸਿਹਤ ਤੇ ਅਸਰ ਪਏਗਾ ਹੈਨਾ ਸੋ ਇਹ ਜਿਹੜੀ ਲੇਟੈਸਟ ਮਾਡਰਨ ਅੰਡਰਸਟੈਂਡਿੰਗ ਹੈ ਹੈਲਥ ਦੀ ਇਹ ਇੱਕ ਸਿਰਫ ਸਿਰਫ ਸਰੀਰ ਨਹੀਂ ਹੈ ਮੈਂ ਹਮੇਸ਼ਾ ਇਸ ਗੱਲ ਤੇ ਐਮਫਸਾਈਜ਼ ਕਰਦੀ ਹਾਂ ਜ਼ੋਰ ਦਿੰਦੀ ਹਾਂ ਕਿ ਜਦੋਂ ਆਪਾਂ ਸਿਰਫ ਆਪਣੇ ਸਰੀਰ ਨੂੰ ਇੱਕ ਸ਼ਰੀਰ ਸਮਝੀਏ ਇਹਦੇ ਮੱਧਰ ਪੇ ਰਵਾਂਗੇ ਤਾਂ ਆਪਣੀ ਕਦੀ ਪੂਰੀ ਹੀਲਿੰਗ ਪੂਰੀ ਤਰ੍ਹਾਂ ਠੀਕ ਹੋ ਹੀ ਨਹੀਂ ਸਕਦੀ ਤੁਸੀਂ ਸੋਚੋ ਹਵਾ 'ਚ ਜਿੰਨੇ ਕੈਮੀਕਲ ਐ ਆਪਾਂ ਸਾਹ ਲੈਨੇ ਆ ਹੁਣ ਅਜਗਰ ਪ੍ਰਾਲੀਆਂ ਸੜ ਰਹੀਆਂ ਕੀ ਹਾਲ ਐ ਲੋਕਾਂ ਦਾ ਪਟਿਆਲੇ ਮੈਂ ਹੀ ਬਾਹਰ ਨਿਕਲੀ ਸੀ ਮੈਨੂੰ ਹੀ ਖੰਗ ਆ ਗਈ ਜਿੰਨੇ ਅਸਥਮਾ ਵਾਲਿਆਂ ਦਾ ਕੀ ਹਾਲ ਹੁੰਦਾ ਹੋਊਗਾ ਕਿੱਥੋਂ ਹੀਲ ਹੋ ਜਾਣਗੇ ਉਹ ਮਿੱਟੀ ਭਰੀ ਹੋਈ ਐ ਪੈਸਟੀਸਾਈਡਸ ਨਾਲ ਕਿਵੇਂ ਹੀਲਿੰਗ ਹੋ ਜੇਗੀ ਨਹੀਂ ਹੋਈ ਨਾ ਸੋ ਇਹ ਗੱਲ ਇੱਕ ਦੂਜੇ ਨਾਲ ਜੁੜਿਆ ਜਿਹਨੂੰ ਆਪਾਂ ਇੰਟਰਕਨੈਕਟਿਡਨੈਸ ਕਹਿੰਦੇ ਆ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਇਹ ਮੋਟਾ ਮੋਟੀ ਤਿੰਨੋ ਹੋਲਿਸਟਿਕ ਹੈਲਥ ਆਪਾਂ ਕਿਵੇਂ-ਕਿਵੇਂ ਹੈਲਥ ਨੂੰ ਕਵਰ ਕਰਨਾ ਹੈ ਇੱਕ ਅਸੀਂ ਆਪਣੇ ਆਪ ਨੂੰ ਸ਼ਰੀਰ ਨਹੀਂ ਸਮਝਣਾ ਠੀਕ ਹੈ ਸ਼ਰੀਰ ਦੇ ਅੱਗੇ ਵੀ ਅਸੀਂ ਬਹੁਤ ਕੁਛ ਆ ਇੱਕ ਦੂਜੇ ਨਾਲ ਜੁੜੇ ਹੋਏ ਆ ਤੇ ਜਿਹੜਾ ਅੱਡ ਅੱਡ ਦੇਖਣਾ ਇੱਕੀ ਕੰਗ ਨੂੰ ਵੀ ਮੇਰਾ ਆ ਠੀਕ ਕਰ ਦੋ ਆ ਠੀਕ ਕਰ ਦੋ ਉਸ ਤਰ੍ਹਾਂ ਆਪਾਂ ਕਦੇ ਵੀ ਹੀਲਿੰਗ ਨਹੀਂ ਕਰਨੀ ਅਸੀਂ ਜਦੋਂ ਹੀਲਿੰਗ ਕਰਨੀ ਹੈ ਤਾਂ ਪਹਿਲਾਂ ਆਪਣੇ ਬੋਡੀ ਦੇ ਨਾਲ ਆਪਣੇ ਮਾਈਂਡ ਦੀ ਹੀਲਿੰਗ ਕਰਨੀ ਹੈ ਮਾਈਂਡ ਦੀ ਹੀਲਿੰਗ ਕਰਨੀ ਹੈ ਨਾਲ ਆਪਣੇ ਸੋਲ ਦੀ ਹੀਲਿੰਗ ਕਰਨੀ ਹੈ ਇਹ ਇਸ ਨੂੰ ਇੱਕ ਇੱਕ ਪੂਰਾ ਪ੍ਰੋਸੈਸ ਮਤਲਬ 1 2 ਤੇ 3 ਡਾਈਟ ਕਰਨੀ ਆਪਾਂ ਉਸ ਤੋਂ ਬਾਅਦ ਆਪਾਂ ਮੈਡੀਟੇਸ਼ਨ ਪ੍ਰਾਣਾਯਾਮਸ ਕਰਨੇ ਆ ਤੇ ਪਲੱਸ ਐਕਸਰਸਾਈਜ਼ ਫਿਜ਼ੀਕਲ ਐਕਸਰਸਾਈਜ਼ ਕਰਨੀ ਹੈ ਠੀਕ ਹੈ ਜੀ ਇਹ ਜਿਹੜੀ ਗੱਲ ਸੀ ਇਹ ਮੈਂ ਮੈਨ ਤੁਹਾਨੂੰ ਕਹਿਣਾ ਚਾਹੁੰਦੀ ਸੀ ਇੱਕ ਜਿਹੜੇ ਜਦੋਂ ਸਾਡੇ ਕੋਲ ਮਰੀ ਜਾਂਦਾ ਹੈ ਉਹਦਾ ਇਹ ਬੜਾ ਕੁਐਸਚਨ ਹੁੰਦਾ ਹੈ ਕਿ ਸਾਡੇ ਪੁਰਖੇ ਵੀ ਉਹੀ ਖਾਂਦੇ ਸੀਗੇ ਜੇ ਅਸੀਂ ਖਾਂਦੇ ਆ ਸਾਨੂੰ ਤੁਸੀਂ ਇਹ ਖਾਣ ਤੋਂ ਮਨਾ ਕਿਉਂ ਕਰ ਰਹੇ ਹੋ ਮੈਂ ਤੁਸੀਂ ਦੁੱਧ ਪੀਣ ਤੋਂ ਕਿਉਂ ਮਨਾ ਕਰਦੇ ਹੋ ਤੁਸੀਂ ਕਣਕ ਖਾਣ ਤੋਂ ਕਿਉਂ ਮਨਾ ਕਰਦੇ ਹੋ ਇਹ ਉਹਨਾਂ ਦਾ ਬਹੁਤ ਕੁਐਸਚਨ ਹੁੰਦਾ ਹੈ ਸੋ ਇੱਕ ਇਹ ਗੱਲ ਸਮਝਣੀ ਬੇਹੱਦ ਜ਼ਰੂਰੀ ਹੈ ਕਿ ਜੋ ਇੱਕ ਪੁਰਾਣਾ ਸਮਾਂ ਸੀ ਹੁਣ ਮੈਨੂੰ ਲੱਗਦਾ ਆਪਾਂ ਜਿੰਨੇ ਵਜੇ ਨੇ ਹੁਣ ਇੱਥੇ ਬੈਠੇ ਹੋਏ ਆ ਮਤਲਬ ਇੱਕ ਆਡ-ਆਡ ਏਜ ਗਰੁੱਪ ਵਿੱਚ ਹੋਵਾਂਗੇ ਕੋਈ ਬਹੁਤ ਬਜ਼ੁਰਗ ਵੀ ਹੋਣਗੇ ਕੋਈ ਬਹੁਤ ਯੰਗ ਵੀ ਹੋਣਗੇ ਤੇ ਉਹ ਜਿਹੜਾ ਸਮਾਂ ਸੀਗਾ ਉਹ ਸਮਾਂ ਮੋਰੋ ਸਮਾਂ ਹੈ ਨਹੀਂ ਹੁਣ ਦੇਖੋ ਇੱਕ ਇੱਕ ਉਹ ਸਮਾਂ ਤੇ ਅੱਜ ਦੇ ਸਮੇ ਨੂੰ ਜੇ ਆਪਾਂ ਕੰਪੇਅਰ ਕਰੀਏ ਤਾਂ ਇੱਚ ਬਹੁਤ ਫਰਕ ਆ ਚੁੱਕਿਆ ਹੈ ਤੇ ਉਹ ਫਰਕ ਜਿਹੜੇ ਆ ਉਹ ਸਭ ਤੋਂ ਪਹਿਲਾਂ ਤਾਂ ਜਿਹੜੇ ਪੁਰਾਣੀ ਮਿੱਟੀਆਂ ਸੀ ਪੁਰਾਣੀ ਮਿੱਟੀ ਸੀ ਪਾਣੀ ਸੀ ਹਵਾ ਸੀ ਹੁਣ ਉਹ ਇੰਨੀ ਸ਼ੁੱਧ ਨਹੀਂਆਂ ਨੇ ਇੱਕ ਨੰਬਰ ਸਾਡਾ ਵਾਤਾਵਰਣ ਬਹੁਤ ਖਰਾਬ ਹੋ ਚੁੱਕਿਆ ਬੁਝੀ ਗੱਲ ਜਿਹੜੀ ਹੈ ਖੁਰਾਕ ਇੱਕ ਮੈਂ ਕਿਸੇ ਦੀ ਇੰਟਰਵਿਊ ਦੇਖੀ ਸੀਗੀ ਮਤਲਬ ਮੈਨੂੰ ਬੜੀ ਹੈਰਾਨੀ ਹੋਈ ਦੇਖ ਕੇ ਮਤਲਬ ਉਹ ਕੋਈ ਨਿਊਟ੍ਰੀਸ਼ਨਿਸਟ ਸੀ ਉਹ ਸਟੱਡੀ ਕਰ ਰਿਆ ਸੀ ਉਹਨੇ ਕਿਹਾ ਵੀ ਜਿਹੜੇ ਪੁਰਾਣੇ ਜ਼ਮਾਨੇ ਦੇ ਵਿੱਚ ਅਸੀਂ ਇੱਕ ਜੇ ਸੰਤਰਾ ਖਾਂਦੇ ਸੀ ਜੇ ਉਹਦੇ ਇਫੈਕਟ ਆਪਾਂ ਹੁਣ ਲੈਣ ਚਾਹੁੰਦੇ ਆ ਤਾਂ ਸਾਨੂੰ 8 ਸੰਤਰੇ ਖਾਣੇ ਪੈਣਗੇ ਆਪਾਂ ਕਦੇ 8 ਸੰਤਰੇ ਖਾਦਦੇ ਆ ਇੱਕ ਦਿਨ 'ਚ ਕੋਈ ਨਹੀਂ ਖਾਂਦਾ ਅਸੀਂ ਤਾਂ ਇੱਕ ਸੰਤਰਾ ਖਾ ਕੇ ਖੁਸ਼ ਹੋ ਜਾਂਦੇ ਆ ਮਤਲਬ ਜਿਹੜੀ ਖੁਰਾਕ ਹੈ ਉਹ ਇੰਨੀ ਜ਼ਿਆਦਾ ਫੋਕੇ ਹੋ ਚੁੱਕੀ ਹੈ ਤੇ ਇੰਨੀ ਜ਼ਿਆਦਾ ਪੋਸ਼ਟਿਕ ਤੱਤਾਂ ਤੋਂ ਵਹੀਨ ਹੋ ਚੁੱਕੀ ਹੈ ਕਿ ਅਸੀਂ ਹੀ ਅੰਦਰੋਂ ਖੋਖਲੇ ਹੋਈ ਜਾ ਰਹੇ ਹਾਂ ਤੀਜੀ ਗੱਲ ਕਿ ਹੁਣ ਪਹਿਲਾਂ ਵਾਲੇ ਜਿਹੜੇ ਬਜ਼ੁਰਗ ਸੀ ਤੇ ਅੱਜ ਦੇ ਜ਼ਮਾਨੇ 'ਚ ਕੀ ਫਰਕ ਸੀ ਅੱਜ ਆਪਾਂ ਕੀ ਕਰਦੇ ਆ ਮੜ ਜਾ ਧੁੱਪੇ ਨਿਕਲ ਨਹੀਂ ਸਕਦੇ ਏਸੀ 'ਚ ਬੈਠੇ ਹੁੰਨੇ ਆ ਹਮੇਸ਼ਾ ਏਸੀ ਲਾ ਲਓ ਏਸੀ ਲਾ ਲਓ ਫਿਜ਼ੀਕਲ ਵਰਕ ਐ ਕਿੱਥੇ ਗਿਆ ਉਹ ਜਿਹੜਾ ਇੱਕ ਇਨਸਾਨ ਦਾ ਸ਼ਰੀਰ ਐ ਇਹ ਕੰਮ ਕਰਨ ਵਾਸਤੇ ਬਣਿਆ ਹੋਇਆ ਜੋ ਹੀ ਆਪਾਂ ਬੈਠੇ ਰਵਾਂਗੇ ਸਾਰਾ ਦਿਨ ਸ਼ਰੀਰ ਨੂੰ ਰੋਗ ਲਾਈ ਜਾਵਾਂਗੇ ਤੇ ਇਹ ਫੈਕਟਰ ਜਿਹੜਾ ਐ ਇਹ ਵੀ ਜਿਹੜਾ ਆਪਣੇ ਅੱਜ ਦੇ ਜ਼ਮਾਨੇ 'ਚ ਜਿਹੜੇ ਰੋਗ ਵਧ ਰਹੇ ਆਂ ਉਹਨਾਂ ਸਭ ਬਹੁਤ ਜ਼ਿਆਦਾ ਕੰਟਰੀਬਿਊਟ ਕਰਦੇ ਆ। ਠੀਕ ਹੈ। ਇੱਕ ਸਮਾਂ ਸੀ ਜਦੋਂ ਸਾਡੀਆਂ ਖੁਰਾਕਾਂ ਕੀ ਹੁੰਦੀਆਂ ਸੀਗੀਆਂ? ਮਤ ਤੋਂ ਵੱਧ ਆਪਾਂ ਕੀ ਖਾਂਦੇ ਸੀ? ਬਾਹਰ ਜਾ ਕੇ ਮੈਨੂੰ ਆਪਣਾ ਸਮਾਂ ਯਾਦ ਹੈ। ਸਮੋਸੇ ਜਾਂ ਕਿ ਗੋਲ ਗੱਪੇ ਹੋਗੇ। ਬਸ। ਅੱਜ ਦੇ ਦਿਨ ਬੱਚੇ ਕੀ ਖਾਂਦੇ ਆ? ਸੋ ਮੈਟੋਸ ਵਿਗੀ ਆ ਗਿਆ। ਘਰ ਕੁਝ ਨਹੀਂ ਬਣਿਆ ਚਲੋ ਜੀ ਨਾਲ ਦੀ ਨਾਲ ਇੱਕ ਬਟਨ ਦਬਾਇਆ। ਬਟਨ ਦਬਾਇਆ ਤੇ ਆਰਡਰ ਹੋ ਗਿਆ। ਪੀਜ਼ਾ ਆ ਗਿਆ, 버ਗਰ ਆ ਗਿਆ। ਸਿੰਥੈਟਿਕ ਚੀਜ਼ ਨਾਲ ਭਰੇ ਹੋਏ ਤੇ ਮੈਦੇ ਨਾਲ ਭਰੇ ਹੋਏ ਚੀਜ਼ਾਂ ਲੱਗੇ ਹੋયાਆਂ ਖਾਨ ਕਿਉਂ ਖਾ ਰਿਹਾ ਕਿਉਂਕਿ ਮੀਡੀਆ ਹੀ ਕਹਿ ਰਿਹਾ ਵੀ ਇੰਨੀ ਐਡ ਦਿਖਾ ਰਿਹਾ ਵੀ ਖਾਓ ਜੀ 99 ਰੁਪੀਜ਼ ਦਾ ਇਹ 99 ਰੁਪਏ ਦਾ ਉਹ ਨਾਲ ਤੁਹਾਨੂੰ ਦੇ ਦੇਣਗੇ ਆਪਣਾ ਕੰਬੋ ਮੈਨੂੰ ਨਹੀਂ ਯਾਦ ਪੈਂਦਾ ਕਿ ਮੈਂ ਕਦੇ ਛੋਟੇ ਹੁੰਦਿਆਂ ਮੈਗੀ ਵੀ ਖਾਧੀ ਹੋਵੇ ਅੱਜ ਕੱਲ ਦੇ ਬੱਚੇ ਹਰ ਦੂਜੇ ਦਿਨ ਮੈਗੀ ਮੰਗਦੇ ਆ ਪੂਰੀ ਜਿਹੜੀ ਮਾਰਕੀਟ ਹੈ ਰੰਗ ਬਰੰਗੇ ਪੈਕਟ ਦੇ ਫੂਡ ਹੈ ਉਹਨਾਂ ਨਾਲ ਭਰੀ ਹੋਈ ਹੈ ਜੇ ਕਿਤੇ ਸਰਕਾਰ ਗਲਤੀ ਨਾਲ ਕੁਝ ਬੈਨ ਕਰ ਵੀ ਦਿੰਦੀ ਹੈ ਉਸ਼ਕਾਰ ਕਰਕੇ ਵਾਪਸ ਦੁਬਾਰਾ ਮਾਰਕੀਟ ਚ ਐਡ ਹੋ ਜਾਂਦੇ ਕਿੱਥੋਂ ਆਣੀ ਆ ਸਾਡੇ ਕੋਲ ਸੇ ਤਾਂ ਇੱਕ ਹੋਰ ਗੱਲ ਅੱਜ ਕੱਲ ਸਾਰਿਆਂ ਚ ਕਾਮਨ ਕੀ ਹੈ ਸਾਰਿਆਂ ਕੋਲ ਇੱਕ ਚੀਜ਼ ਹੁੰਦੀ ਹੈ ਜਿਹੜੀ ਸਾਰਿਆਂ ਕੋਲ ਕਾਮਨ ਹੈ ਬਸ ਛੋਟੇ ਛੋਟੇ ਬੱਚੇ ਬੱਚੇ ਹੋਏ ਆ ਸਾਰਿਆਂ ਦੇ ਹੱਥ ਵਿੱਚ ਇੱਕ ਡਿਵਾਈਸ ਹੁੰਦੀ ਹੈ ਬਸ 24 ਘੰਟੇ ਸਾਰਿਆਂ ਦਾ ਸਿਰ ਇਸ ਤਰ੍ਹਾਂ ਹੁੰਦਾ ਬਾ ਨੀਤੀ ਤੁਰਦੇ ਤੁਰਦੇ ਵੀ ਉਹੀ ਦੇਖ ਰਹੇ ਹੁੰਨੇ ਆ ਤੇ ਕੋਈ ਵੀ ਕੰਮ ਕਰਦੇ ਹੋਏ ਮੈਂ ਤਾਂ ਵੀ ਦੇਖਿਆ ਲੋਕੀ ਮੋਟਰਸਾਈਕਲ ਚਲਾ ਰਹੇ ਹੁੰਦੇ ਆ ਨਾਲ ਲਿਖਾ ਹੱਥ ਤੇ ਐ ਐ ਫੜਿਆ ਹੁੰਦਾ ਆਪਣਾ ਉਹ ਤੇ ਦੂਜਾ ਆਏ ਲੱਗਿਆ ਹੁੰਦਾ ਬਸ ਮੋਬਾਈਲ ਮੋਬਾਈਲ ਲੈਪਟਾਪ ਮੋਬਾਈਲ ਕਿੰਨਾ ਕੁ ਟਾਈਮ ਅਸੀਂ ਆਪਣੇ ਪਰਿਵਾਰ ਚ ਬੈਠਦੇ ਆ ਬੱਚਿਆਂ ਨਾਲ ਗੱਲਾਂ ਕਰਦੇ ਆ ਕਿੰਨਾ ਕੁ ਟਾਈਮ ਅਸੀਂ ਕਰਦੇ ਬਜ਼ੁਰਗਾਂ ਨਾਲ ਬੈਠ ਕੇ ਗੱਲਾਂ ਕਰਦੇ ਆ ਉਹਨਾਂ ਦਾ ਹਾਲ ਚਾਲ ਪੁੱਛਦੇ ਆ ਜੀ ਹੁਣ ਆਪਾਂ ਬਰਥਡੇ ਪਾਰਟੀਆਂ ਪਹਿਲਾਂ ਵਾਂਗੂ ਉਹਨਾਂ ਨੇ ਆ ਇਕੱਠੇ ਹੋ ਕੇ ਰੋਟੀਆਂ ਬਣਾ ਕੇ ਗੱਲਾਂ ਬਾਤਾਂ ਕਰਕੇ ਕਿ ਆਪਾਂ ਨਾਲ ਇੱਕ ਅੰਮ੍ਰਿਤ ਚਾਰ ਜਣੇ ਬੈਠੇ ਹੋયા ਮਦਰ ਫਾਦਰ ਬੇਟਾ ਬੇਟੀ ਸਾਰਿਆਂ ਦੇ ਸਿਰ ਨੀਚੇ ਆ ਤੇ ਆਪਣੇ ਮੋਬਾਈਲ ਵੱਲ ਦੇਖੀ ਜਾ ਰਹੇ ਇਹਨੂੰ ਕੀ ਕਵਾਂਗੇ ਆਪਾਂ ਮਤਲਬ ਇਹ ਇਹ ਕੋਈ ਕਨੈਕਟੀਵਿਟੀ ਹੈ ਠੀਕ ਹੈ ਨੌਲੇਜ ਵਧ ਰਹੀ ਹੈ ਤੁਹਾਨੂੰ YouTube ਸਾਰਾ ਬਹੁਤ ਨੌਲੇਜ ਦੇਗੀ ਸਾਰਾ ਮੀਡੀਆ ਬਹੁਤ ਨੌਲੇਜ ਦੇਗਾ ਪਰ ਕਹਿੰਦੇ ਨੇ ਨਾ ਜਦੋਂ ਵੀ ਕਿਸੇ ਚੀਜ਼ ਦਾ ਐਕਸੈਸਿਵ ਯੂਜ਼ ਹੋ ਜਾਣਾ ਇਸ ਤਰ੍ਹਾਂ ਯੂਜ਼ ਕਰਨ ਲੱਗ ਜਾਈ ਫਿਰ ਉਹਦਾ ਨੁਕਸਾਨ ਹੁੰਦਾ ਸੋ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਜਿਹੜੇ ਹਿਊਮਨ ਕਨੈਕਸ਼ਨਸ ਆ ਇੱਕ ਦੂਜੇ ਨਾਲ ਗੱਲਬਾਤ ਜਿਸ ਲੈਵਲ ਤੇ ਘਟ ਰਹੀ ਹੈ ਮਤਲਬ ਇਹ ਇੱਕ 트ੈਜੇਡੀ ਹੈ ਇਹ ਮੈਂ ਕਹਾਂਗੀ ਫੁੱਲ ਔਨ 트ੈਜੇਡੀ ਹੈ ਕਿ ਅਸੀਂ ਸਿਰਫ ਆਪਣਾ ਧਿਆਨ ਸਿਰਫ ਮੀਡੀਆ ਤੇ ਲਾਇਆ ਹੋਇਆ ਤੇ ਇੱਕ ਦੂਜੇ ਨੂੰ ਭੁੱਲੀ ਜਾ ਰਹੇ ਆ ਇੱਕ ਦੂਜਨ ਵਰ ਨਾ ਦੇਖਦੇ ਆ ਨਾ ਗੱਲ ਕਰਦੇ ਆ ਨਾ ਇੱਕ ਦੂਜਾ ਹਾਲ ਚਾਲ ਪੁੱਛਦੇ ਆ ਔਰ ਮੈਂ ਚਾਹਾਂਗੀ ਕਿ ਤੁਸੀਂ ਜਿਹੜੀਆਂ ਗੱਲਾਂ ਮੈਂ ਛੋਟੀਆਂ-ਛੋਟੀਆਂ ਅੱਜ ਦੱਸ ਰਹੀਆਂ ਇਹਨਾਂ ਬਾਰੇ ਜ਼ਰੂਰ ਸੋਚੋ ਇਹ ਇੱਕ ਇੱਕ ਟਾਈਮ ਤੇ ਜਾ ਕੇ ਛੋਟੀਆਂ ਨਹੀਂ ਰਹਿਣਗੀਆਂ ਕਿਉਂ ਕਿ ਇਹ ਚ ਕੁਝ ਚੀਜ਼ਾਂ ਨੇ ਜਿਹੜੀਆਂ ਨਾ ਜਿਹਨੂੰ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਇੱਕ ਵਰਡ ਹੁੰਦਾ ਹੈ ਇੰਗਲਿਸ਼ 'ਚ ਜਿਹਨੂੰ ਕਹਿੰਦੇ ਸਟਲ ਸਟਲ ਮਤਲਬ ਹੌਲੀ-ਹੌਲੀ ਇਹ ਪਾਈਆਂ ਜਾ ਰਹੀਆਂ ਸਾਨੂੰ ਬਿਨਾਂ ਦੱਸੇ ਪਾਈਆਂ ਜਾ ਰਹੀਆਂ ਸਾਨੂੰ ਪਤਾ ਨਹੀਂ ਲੱਗ ਰਿਹਾ ਸਾਨੂੰ ਇਹਦਾ ਕੋਈ ਆਈਡੀਆ ਨਹੀਂ ਹੋ ਰਿਹਾ ਅਸੀਂ ਖੁਸ਼ ਹਾਂ ਕਿ ਅਸੀਂ ਖੋਲ ਕੇ ਅਸੀਂ ਬਹੁਤ ਜ਼ਿਆਦਾ ਆਪਣਾ ਮੋਬਾਈਲ ਦੇਖ ਰਹੇ ਆ ਅਸੀਂ ਕਨੈਕਟਡ ਆ ਵਰਨਲ ਪੋਜ਼ਿਟਿਵ ਹੈ ਪਰ ਇਹਦਾ ਜਿਹੜਾ ਨੈਗੇਟਿਵ ਫੈਕਟਰ ਐਡ ਹੋ ਰਿਹਾ ਉਹਨੂੰ ਹੈਂਡਲ ਕਰਨਾ ਬੇਹੱਦ ਜ਼ਰੂਰੀ ਹੈ ਔਰ ਇਹ ਹੋ ਰਿਹਾ ਜਿੱਥੇ ਤੱਕ ਮੈਂ ਦੇਖ ਰਹੀ ਆ ਜਿਵੇਂ ਸਾਡੇ ਕਲੀਨਿਕ 'ਚ ਵੀ ਆਉਂਦੇ ਆ ਪੇਸ਼ੈਂਟਸ ਬੱਚਿਆਂ ਦੇ ਹੱਥ 'ਚ 5 ਸਾਲ ਦਾ ਬੱਚਾ ਹੁੰਦਾ ਸਾਹਮਣੇ ਮੋਬਾਈਲ ਦੇ ਕੇ ਬਿਠਾ ਦਿੰਦੇ ਜਦੋਂ ਮੈਂ ਛੋਟੀ ਹੁੰਦੀ ਸੀ ਮੇਰੇ ਮੰਮੀ ਕੀ ਕਰਦੇ ਸੀ ਮੈਨੂੰ ਕਹਿੰਦੇ ਗੋਦੀ ਚਾਕੇ ਕਹਿੰਦੇ ਹੁੰਦੇ ਸੀ ਉਹ ਕਾਂ ਵੇਖ ਕਾਂ ਵੇਖ ਤੇ ਮੇਰੇ ਮੂੰਹ ਚ ਚਮਚਵਾ ਦਿੰਦੇ ਹੁੰਦੇ ਸੀ ਜਦੋਂ ਬੱਚੇ ਖਾਂਦੇ ਨਹੀਂ ਅੱਜ ਕੱਲ੍ਹ ਦੇ ਮਾਪੇ ਕੀ ਕਰਦੇ ਆ ਸਾਹਮਣੇ ਲਾ ਦਿੰਦੇ ਆ ਫਿਰ ਕਹਿੰਦੇ ਫਿਰ ਜਦੋਂ ਬੱਚਾ 10 ਸਾਲ ਦਾ ਹੁੰਦਾ ਫਿਰ ਕੰਪਲੇਂਟ ਆਉਂਦੇ ਬੱਚਾ ਤਾਂ ਜੀ ਮੋਬਾਈਲ ਛੱਡਦਾ ਨਹੀਂ ਇੱਕ ਗੱਲ ਮੈਂ ਹੋਰ ਦੱਸਾਂ ਜਿਹੜੀ ਮੋਬਾਈਲ ਐਡਿਕਸ਼ਨ ਹੈ ਇਹ ICD 10 ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ ਡਿਜ਼ੀਜ਼ ਹੈ ਜਿਹੜੀ ਪੂਰੇ ਵਰਲਡ 'ਚ ਚੱਲਦੀ ਹੈ ਉਹਦੇ 'ਚ ਇੱਕ ਪ੍ਰੋਪਰ ਬਿਮਾਰੀ ਦਾ ਨਾਮ ਹੋ ਗਿਆ ਮੋਬਾਈਲ ਐਡੀਸ਼ਨ ਗੇਮ ਐਡੀਸ਼ਨ ਇਹ ਬਿਮਾਰੀ ਐਡ ਹੋ ਚੁੱਕੀ ਹੈ ਬੱਚਿਆਂ ਨੂੰ ਛੱਡ ਦੇਣੀ ਹੈਗੇ ਠੀਕ ਹੈ ਜੀ ਸੋ ਇਹ ਕੁਝ ਮੇਨ ਮੇਨ ਗੱਲਾਂ ਹੋ ਗਈਆਂ ਇੱਕ ਗੱਲ ਜਿਹੜੀ ਹੋਰ ਮੈਂ ਕਹਿਣੀ ਸੀ ਉਹ ਵੀ ਇਹ ਅੱਜ ਕੱਲ ਦੀ ਜਿਹੜੀ ਇੱਕ ਦੌੜ ਭਰੀ ਜ਼ਿੰਦਗੀ ਹੈ ਇਹਨੂੰ ਥੋੜਾ ਜਿਹਾ ਪਾਜ਼ ਲਾਣਾ ਬਿਹਤਰ ਜ਼ਰੂਰੀ ਹੈ ਇੱਕ ਜਿਹੜਾ ਆਪਣਾ ਬੱਚਿਆਂ ਦਾ ਆਪਾਂ ਸਾਰਿਆਂ ਦੀ ਨੰਬਰ 1 ਨੰਬਰ 1 ਸਭ ਤੋਂ ਅੱਗੇ ਹੋਣਾ ਤੂੰ ਆ ਕਰਨਾ ਹੈ ਉਹ ਕਰਨਾ ਹੈ ਪਟਿਆਟ ਹੀ ਪਰਣਾ ਇੱਕ ਤਾਂ ਬੱਚੇ ਵੈਸੀ ਅੱਜ ਕੱਲ ਕੋਈ ਖੇਡਣ ਨੂੰ ਤਿਆਰ ਨਹੀਂ ਬੈਠੇ ਹੁੰਦੇ ਆ ਮੋਬਾਈਲ ਹੋ ਗਿਆ ਟੀਵੀ ਹੋ ਗਿਆ ਕੋਈ ਬੱਚਾ ਅੱਜ ਕੱਲ ਬਾਦ ਸ਼ਾਮੀ ਜਾ ਕੇ ਖੇਡਦਾ ਨਹੀਂ ਮੈਂ ਅੱਜ ਤੱਕ ਕਿਸੇ ਬੱਚੇ ਨੂੰ ਨਹੀਂ ਸੁਣਿਆ ਜਿਹੜੇ ਸਾਡੇ ਕੋਲ ਕਲੀਨਿਕ ਆਉਂਦੇ ਆ ਇਹ ਚੀਜ਼ ਬੱਚਿਆਂ ਦੀ ਫਿਜ਼ੀਕਲ ਐਕਟੀਵਿਟੀ ਬਹੁਤ ਘਟ ਰਹੀ ਹੈ ਬਿਮਾਰੀਆਂ ਵਧ ਰਹੀਆਂ ਫੋਕਸ ਅਪ ਹੋ ਜਣਾ ਸੇ ਇਹ ਆਪਣੀ ਨਵੀਂ ਜਨਰੇਸ਼ਨ ਕਿੱਥੇ ਜਾ ਰਹੀ ਐ ਆਪਾਂ ਇਹਨਾਂ ਨੂੰ ਕਿੱਥੇ ਲੈ ਕੇ ਜਾ ਰਹੇ ਆ ਇਹ ਬੇਹੱਦ ਵਿਚਾਰਨ ਵਾਲੀ ਗੱਲ ਐ ਅੱਜ ਮੈਂ ਤੁਹਾਡੇ ਸਾਹਮਣੇ ਸਾਰੇ ਪ੍ਰਸ਼ਨ ਰੱਖਾਂਗੀ ਕਿਉਂਕਿ ਮੈਂ ਚਾਹੁੰਦੀ ਐ ਕਿ ਤੁਸੀਂ ਇਹਨਾਂ ਨੂੰ ਸੋਚੋ ਜਦੋਂ ਆਪਣੇ ਸਾਹਮਣੇ ਕੋਈ ਸਮੱਸਿਆ ਹੁੰਦੀ ਐ ਅਸੀਂ ਉਹਦੇ ਬਾਰੇ ਸੋਚ ਕੇ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਆ ਰੈਡੀमेड ਹੱਲ ਬਾਹਰੋਂ ਨਹੀਂ ਤੁਸੀਂ ਆਪਣੀ ਸੋਚ ਤੋਂ ਆਪ ਵਿਚਾਰ ਕੇ ਇਹਨਾਂ ਚੀਜ਼ਾਂ ਦੇ ਹੱਲ ਕੱਢਣੇ ਕਿਉਂਕਿ ਜੇ ਤੁਹਾਨੂੰ ਕੋਈ ਚੀਜ਼ ਪ੍ਰੋਬਲਮ ਲੱਗੇਗੀ ਅਸੀਂ ਤਾਂ ਹੀ ਹੱਲ ਘਟਾ ਹੈ ਨਾ ਜੇ ਆਪਾਂ ਉਹ ਚੀਜ਼ ਆਪਾਂ ਜੇ ਇਸ ਨੂੰ ਨਾਰਮਲਾਈਜ਼ ਕਰ ਦਾਂਗੇ ਕਿ ਬੱਚਾ ਹੱਥ 'ਚ ਮੋਬਾਈਲ ਫੜ ਕੇ ਸਾਹਮਣੇ ਕਾਰਟੂਨ ਲੱਗਿਆ ਹੋਇਆ ਹੈ ਤੇ ਬੱਚਾ ਰੋਟੀ ਖਾ ਰਿਹਾ ਹੈ ਜੇ ਇਸ ਚੀਜ਼ ਨਾਰਮਲਾਈਜ਼ ਹੋ ਜੇਗੀ ਆਪਾਂ ਨੂੰ ਪ੍ਰੋਬਲਮ ਸਮਝਾਂਗੇ ਨਹੀਂ ਤੇ ਆਪਾਂ ਹੱਲ ਕਿਵੇਂ ਕਰਾਂਗੇ ਇਸ ਚੀਜ਼ ਦਾ ਪ੍ਰੋਬਲਮ ਨੂੰ ਐਜ਼ ਏ ਪ੍ਰੋਬਲਮ ਦੇਖਣਾ ਜੋ ਕਿ ਸਾਨੂੰ ਪ੍ਰੋਬਲਮ ਦੀ ਤਰ੍ਹਾਂ ਲੱਗਦਾ ਹੀ ਨਹੀਂ ਉਹਦਾ ਹੱਲ ਨਹੀਂ ਹੋਏਗਾ ਸੋ ਇਹ ਜਿਹੜੀ ਚੀਜ਼ ਹੈ ਜਿਹੜੀ ਮੋਬਾਈਲ ਐਡਿਕਸ਼ਨ ਇਹ ਮੀਡੀਆ ਐਡਿਸ਼ਨ ਜਿਸ ਹਿਸਾਬ ਨਾਲ ਵੱਧ ਰਹੀ ਹੈ ਤੇ ਇਹ ਇਹ ਬੜੇ ਇਹਦੇ ਹੁਣ ਕਲੀਅਰ ਰਿਸਰਚਸ ਆ ਰਹੀਆਂ ਕਿ ਜਿੰਨੇ ਵੀ ਮੈਂਟਲ ਇਲਨੈਸਿਸ ਐ ਵੱਧ ਰਹੀਆਂ ਨੇ ਇਹ ਜਿਹੜਾ ਬਹੁਤ ਸਾਰਾ ਰੋਲ ਜਿਹੜਾ ਇਹਨਾਂ ਦਾ ਹੀ ਹੈ ਆਪਣਾ ਇਹ ਜਿਹੜਾ ਕਨੈਕਸ਼ਨ ਇਕਲੂਜਨ ਟੁੱਟੀ ਜਾ ਰਿਹਾ ਆਪਾਂ ਹਾਲਚਾਲੀ ਪੁੱਛਣਾ ਕਿ ਤੁਸੀਂ ਇਹਨੂੰ ਬੰਦ ਕਰਦਾ ਉਸ ਤੋਂ ਬਾਅਦ ਆਪਾਂ ਜਿਹੜਾ ਇਹਨਾਂ ਜਿਆਦਾ ਆਪਣਾ ਸਕਰੀਨ ਟਾਈਮ ਇੰਨਾ ਜ਼ਿਆਦਾ ਵਧਿਆ ਹੋਇਆ ਉਹ ਸੌਟ ਆਊਟ ਕਰਨ ਦੀ ਲੋੜ ਹੈ ਇੱਕ ਜਿਹੜੀ ਹੋਰ ਗੱਲ ਮੈਂ ਤੁਹਾਡੇ ਪਛੇੜ ਕੁਝ ਜਿਨਾ ਤੂੰ ਮੈਂ ਜਿਹੜਾ ਨੋਟ ਕਰ ਰਹੀ ਸੀ ਇੱਕ ਜਿਵੇਂ ਸਮਾਜ ਚ ਹਿੰਸਾ ਵਧ ਰਹੀ ਹੈ ਉਸ ਬਾਰੇ ਜੇ ਕਦੇ ਡੀਪ ਡਾਉਨ ਸੋਚਿਆ ਜਾਵੇ ਤਾਂ ਹੀ ਕਿਉਂ ਵਧ ਰਹੀ ਹੈ ਆਪਾਂ ਹੁਣ ਆਪਾਂ ਬਹੁਤੇ ਸਿਨੇਮਾ ਹਾਲ ਤਾਂ ਜਾਂਦੇ ਨਹੀਂ ਸਾਰਿਆਂ ਕੋਲ OTT ਪਲੇਟਫਾਰਮਸ ਐ ਆਪਾਂ ਘਰੇ ਡਾਊਨਲੋਡ ਆਹ ਕੀ ਕਹਿੰਦੇ ਨੇ ਨਾ Netflix Prime Video ਸਾਰਾ ਕਈ ਕੋਲ ਆਪਾਂ ਦੇਖਦੇ ਆਂ ਠੀਕ ਐ ਇਹ ਚ ਜਿਸ ਤਰ੍ਹਾਂ ਵਾਇਲੈਂਸ ਨੂੰ ਨਾਰਮਲਾਈਜ਼ ਕੀਤਾ ਜਾ ਰਿਹਾ ਨਾ ਇਹ ਬੇहद ਗਲਤ ਐ ਪਿੱਛੇ ਜੇ ਹੁਣ ਕੋਈ ਮੂਵੀ ਸੀ ਕੁਦਰਤੀ ਉਹ ਲੱਗੀ ਹੋਈ ਸੀ ਉੱਚ ਮਤਲਬ ਬੜੀ ਵਾਇਲੈਂਸੀ ਪਰ ਉਹਦੇ ਪਿੱਛੇ ਕੀ ਕੀਤਾ ਹੋਇਆ ਸੀ ਇਹਨਾਂ ਨੇ ਇੱਕ ਨਾ ਬੜਾ ਸੌਫਟ ਬੜਾ ਕੋਈ ਮੈਡੀਟੇਸ਼ਨ ਵਾਲਾ 뮤직 ਲਾਇਆ ਹੋਇਆ ਸੀਗਾ ਮਤਲਬ ਲੋਕੀ ਮਰ ਰਹੇ ਆ ਹੈ ਹੀਰੋ ਚੱਕ ਕੇ ਉਹ ਸੁੱਟ ਰਿਹਾ ਆਪਣੇ ਵਿਲਨ ਨੂੰ ਇੱਧਰ ਉੱਧਰ ਤੇ ਮਤਲਬ ਬਲੱਡੀ ਸੀਨ ਚੱਲ ਰਿਹਾ ਹੈ ਪਿੱਛੇ ਕੀ ਕੀਤਾ ਹੋਇਆ ਇਹਨਾਂ ਨੇ ਬੜਾ ਪਲੇਜ਼ੈਂਟ 뮤직 ਲਾਇਆ ਹੋਇਆ ਆਈ ਵਾਸ ਵੰਡਰਿੰਗ ਕਿ ਮੈਨੂੰ ਉਹ ਚੀਜ਼ ਬੁਰੀ ਕਿਉਂ ਨਹੀਂ ਲੱਗ ਰਹੀ ਵਾਇਲੈਂਸ ਬੀ ਵਾਇਲੈਂਸ ਹੋ ਰਹੀ ਹੈ ਮਤਲਬ ਮੈਂ ਦੇਖ ਰਹੀ ਹਾਂ ਫਿਰ ਉਹ ਜਿਹੜਾ 뮤ਜ਼ਿਕ ਜਿਹੜਾ ਸੀ ਨਾ ਉਹ ਇੰਨਾ ਪਲੇਜ਼ੈਂਟ ਸੀ ਮਤਲਬ ਉਹ ਕੀ ਕੀ ਬੇਸਿਕਲੀ ਕੀਤਾ ਕੀ ਜਾ ਰਿਹਾ ਹੈ ਕਿ ਸਾਡੇ ਦਿਮਾਗ ਚ ਵਾਇਲੈਂਸ ਨੂੰ ਜਸਟੀਫਾਈ ਕਰਨ ਲਈ ਉਹਦੇ ਪਿੱਛੇ ਇੱਕ ਪਲੇਜ਼ੈਂਟ ਜਿਹਾ 뮤ਜ਼ਿਕ ਚਲਾਤਾ ਆਪਾਂ ਵਾਇਲੈਂਸ ਨੂੰ ਕਿੰਨੇ ਯੂਜ਼ਡ ਹੋਈ ਜਾ ਰਹੇ ਆ ਨਿਊਜ਼ ਵੀ ਹੋ ਜਾਂਦੀ ਹੈ ਇਹਦਾ ਗੱਲਾ ਵੜਦਾ ਉਹਨੂੰ ਮਾਰਦਾ ਇਹ ਕਿੱਥੋਂ ਕਿਵੇਂ ਮੀਡੀਆ ਕਿੰਨਾ ਵੱਡਾ ਰੋਲ ਪਲੇ ਕਰ ਰਿਹਾ ਹੈ ਇੱਕ ਇਹ ਸਾਰਾ ਆਪਣੇ ਆਪਣੇ ਇੱਕ ਆਪਣੀ ਮੈਂਟੈਲਿਟੀ ਨੂੰ ਚੇਂਜ ਕਰ ਰਿਹਾ ਹੈ ਇੱਕ ਗੱਲ ਜਿਹੜੀ ਹੋਰ ਮੈਂ ਤੁਹਾਨੂੰ ਦੱਸਣੀ ਹੈ ਇੱਕ ਤਾਂ ਪੈਂਡੈਮਿਕ ਆ ਕੇ 2020 ਚ ਚਲੀ ਗਈ ਦੂਜੀ ਜਿਹੜੀ ਪੈਂਡੈਮਿਕ ਐਕਸਪੈਕਟਿਡ ਹੈ ਇਹਦੇ ਲਈ ਤੁਹਾਨੂੰ ਕਿਸੇ ਬੈਕਟੀਰੀਆ ਵਾਇਰਸ ਹੀ ਲੜਨੀ ਪੈਣੀ ਇਹ ਪੈਂਡੈਮਿਕ ਆ ਰਹੀ ਹੈ ਮੈਂਟਲ ਇਲਨੈਸਸ ਦੇ WHO ਦੀ ਸਟੱਡੀ ਆ ਚੁੱਕੀ ਹੈ ਕਿ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਹਰ ਘਰ ਵਿੱਚ ਇੱਕ ਮੈਂਟਲੀ ਇਲ ਪੇਸ਼ੈਂਟ ਹੋਏਗਾ। ਸੋ ਹੁਣ ਨਹੀਂ ਬੱਕੀ ਰਿਹਾ ਐਸੀ ਲੋਕ ਅਸੀਂ ਆਪ ਹੀ ਉਲਝ ਰਹਿਆਂ ਅੰਦਰ। ਇਹ ਬਹੁਤ ਸੋਚਣ ਵਾਲੀ ਗੱਲ ਹੈ। ਸੋ ਅੱਜ ਮੈਂ ਤੁਹਾਡੇ ਨਾਲ ਪਹਿਲੀ ਵਾਰ ਰੂਬਰੂ ਹੋਈ ਸੀ। ਇਹ ਮੈਂ ਕੁਝ ਗੱਲਾਂ ਜੋ ਮੇਰੇ ਦਿਮਾਗ 'ਚ ਬਹੁਤ ਦੇਰ ਦੀਆਂ ਚੱਲ ਰਹੀਆਂ ਸੀ। ਕੁਝ ਐਲੋਪੈਥੀ ਨੂੰ ਲੈ ਕੇ ਅੱਛਾ ਇੱਕ ਜਿਹੜੀ ਹੁਣ ਅੱਜ ਕੱਲ ਇੱਕ ਜਿਹੜਾ ਟ੍ਰੈਂਡ ਨਵਾਂ ਚੱਲ ਰਿਹਾ ਹੈ ਵੀ ਪਹਿਲਾਂ ਤਾਂ ਆਪਾਂ ਐਲੋਪੈਥੀ ਨੂੰ ਕੋਈ ਭਜਾਨ ਨਹੀਂ ਸੀ ਕਰਦਾ ਹਨਾ ਠੀਕ ਹੈ ਇੱਕ ਇੱਕ ਜਦੋਂ 2020 ਵਾਲੀ ਪੰਡੈਮਿਕ ਆਈ ਉਦੋਂ ਆਪਾਂ ਨੂੰ ਜਦੋਂ ਸਮਝ ਆ ਗਿਆ ਕਿ ਠੀਕ ਹੈ ਹੁਣ ਆਪਾਂ ਇੱਕ ਬੋਡੀ ਜਿਹੜੀ ਇਮਿਊਨਿਟੀ ਹੈ ਉਹ ਸਟਰੋਂਗ ਕਰਨ ਲਈ ਆਪਾਂ ਨੂੰ ਜਿਹੜੇ ਹੋਰ ਅਲਟਰਨੇਟਿਵ ਮੈਡੀਸਿਨਸ ਆਪਾਂ ਯੂਜ਼ ਕਰਕੇ ਬਹੁਤ ਅੱਛੇ ਹੋ ਸਕਦੇ ਹਾਂ ਤੇ ਐਲੋਪੈਥੀ ਦੀ ਸਾਨੂੰ ਲੋੜ ਨਹੀਂ ਉਸ ਤੋਂ ਬਾਅਦ ਕੀ ਹੋਇਆ ਕਿ ਇੱਕਦਮ ਸਰਡਨਲੀ ਜਿਹੜੀਆਂ ਅਲਟਰਨੇਟਿਵ ਮੈਡੀਸਿਨਸ ਜਿਹੜੀਆਂ ਜੋ ਕਿ ਵਾਕਈ ਅੱਛੀਆਂ ਹਨ ਉਹਨਾਂ ਦਾ ਹੜ੍ਹ ਜੇ ਆ ਗਿਆ ਬਟ ਉਹਦਾ ਨੈਗੇਟਿਵ ਪੁਆਇੰਟ ਕੀ ਹੋਇਆ ਕਿ ਜਿਹੜੇ ਪੇਸ਼ੈਂਟ ਬਹੁਤ ਜ਼ਿਆਦਾ ਸਿੱਕ ਸੀ ਜਿਨ੍ਹਾਂ ਨੂੰ ਅਜੇ ਵੀ ਐਲੋਪੈਥੀ ਦੀ ਲੋੜ ਸੀ ਉਹ ਬਿਲਕੁਲ ਹੀ ਉਤੋਂ ਹਟ ਗਏ ਤੇ ਮੈਂ ਹੁਣ ਫਿਰ ਜਦੋਂ ਦੇਖਦੀ ਹਾਂ ਕਲੀਨਿਕ 'ਚ ਵੀ ਪੇਸ਼ੈਂਟਸ ਆਉਂਦੇ ਆ ਉਹ ਐਲੋਪੈਥ ਨੂੰ ਇੰਨਾ ਜ਼ਿਆਦਾ ਹੇਟ ਕਰ ਰਹੇ ਹੁੰਦੇ ਆ ਨਾ ਹਾਲਾਂਕਿ ਉਹਨਾਂ ਦੇ ਸਰੀਰ ਨੂੰ ਉਸ ਵੇਲੇ ਉਹਦੀ ਲੋੜ ਹੁੰਦੀ ਹੈ ਕਿਉਂਕਿ ਉਹ ਡਿਜ਼ੀਜ਼ ਹੀ ਐਸੀ ਸਟੇਜ ਤੇ ਪਹੁੰਚ ਚੁੱਕੇ ਆ ਕਿ ਉਹ ਜੈਲੋਪੈਥੀ ਤੋਂ ਬਿਨਾ ਚੱਲ ਨਹੀਂ ਸਕਦੇ ਜਾਂ ਜੇ ਜੈਲੋਪੈਥੀ ਉਤਾਰਨੀ ਹੈ ਤਾਂ ਉਹ ਬਹੁਤ ਹੌਲੀ ਹੌਲੀ ਉਤਰੂਗੀ ਸੋ ਇੱਕ ਸਡਨ ਸ਼ਿਫਟ ਆਈ ਐਲੋਪੈਥੀ ਤੋਂ ਆਯੁਰਵੇਦਾ ਵੱਲ ਹੁਣ ਇਧਰ ਵੀ ਆਲਟਰਨੇਟਿਵ ਮੈਡੀਸਨ ਨੂੰ ਵੀ ਕਿਉਂਕਿ ਰੋਂਗ ਡਿਸੀਜਨ ਹੋ ਗਿਆ ਇੱਕ ਰੌਂਡ ਸੀਨ ਹੋ ਗਿਆ ਕਿ ਬਹੁਤ ਸਿਕ ਪੇਸ਼ੈਂਟਸ ਨੂੰ ਟੋਟਲੀ ਆਲਟਰਨੇਟਿਵ ਮੈਡੀਸਨਸ ਹੀਲ ਨਹੀਂ ਕਰ ਸਕਦੀਆਂ ਇਹ ਸੱਚ ਆਪਾਂ ਨੂੰ ਪਤਾ ਨਹੀਂ ਲੱਗਿਆ ਹੁਣ ਕੀ ਹੋ ਰਿਹਾ ਹੁਣ ਸਾਰੇ ਇਧਰ ਅਲਟਰਨੇਟਿਵ ਮੈਡੀਸਿਨਸ ਨੂੰ ਵੀ ਇਹ ਕਹਿਣ ਲੱਗੇ ਵੀ ਇਹ ਖਰਾਬ ਹੈ ਜਾਂ ਇਹ ਅਸੀਂ ਨਹੀਂ ਕਰਨੀਆਂ ਸੋ ਇੱਕ ਜਿਹੜਾ ਬੈਲੈਂਸ ਹੈ ਅਕੋਰਡਿੰਗ ਟੂ ਥਰਟੀ ਬਿਮਾਰੀ ਜਿਹੜੀ ਬਿਮਾਰੀ ਤੁਸੀਂ ਡੀਲ ਕਰ ਰਹੇ ਹੋ ਉਹ ਉਹ ਬੈਲੈਂਸ ਹੋਣਾ ਬੇਹੱਦ ਜ਼ਰੂਰੀ ਹੈ ਕੋਈ ਪੇਸ਼ੈਂਟ ਆਪਣੀ 40 ਯੂਨਿਟ ਇਨਸੂਲਿਨ ਛੱਡ ਕੇ ਤੁਸੀਂ 500 슈ਗਰ ਕੀਤੀ ਹੋਈ ਹੈ ਤੇ ਮਤਲਬ ਇਸ ਚ ਬਹਾਦਰੀ ਕੀ ਹੈ ਮੈਨੂੰ ਇਸ ਚ ਕੋਈ ਬਹਾਦਰੀ ਨਹੀਂ ਲੱਗਦੀ कि ਮੈਨੂੰ ਤਾਂ ਜੀ ਐਲੋਪੈਥੀ ਤੋਂ ਬਹੁਤ ਹੇਟ ਹੈ ਮੈਂ ਨਹੀਂ ਕਰਨੀ ਜਿਹੜੀ 500 슈ਗਰ ਹੈ ਉਹ ਕਿਵੇਂ ਠੀਕ ਹੋਏ ਹਰ ਚੀਜ਼ ਸਟੈਪ ਵਾਈਜ਼ ਹੁੰਦੀ ਹੈ ਤਰੀਕੇ ਨਾਲ ਹੁੰਦੀ ਹੈ ਉਹ ਜਿਹੜੀ 500 슈ਗਰ ਹੈ ਤੁਹਾਡੇ ਨਿਊਰੋਪੈਥੀ ਕਰ ਰਹੀ ਹੈ ਤੁਹਾਡੇ ਨੇਫਰੋਪੈਥੀ ਕਰ ਰਹੀ ਹੈ ਤੁਹਾਨੂੰ ਨੁਕਸਾਨ ਕਰ ਰਹੀ ਹੈ ਸੋ ਇਹ ਨਫਰਤ ਕਰਕੇ ਕਿਸੇ ਚੀਜ਼ ਨੂੰ ਤੁਸੀਂ ਠੀਕ ਹੋ ਜਾਓਗੇ ਤਾਂ ਇਹ ਪੋਸਿਬਿਲਿਟੀ ਨਹੀਂ ਹੁੰਦੀ ਸੋ ਇੱਕ ਪ੍ਰੋਪਰ ਗਾਈਡੈਂਸ ਬਹੁਤ ਜ਼ਰੂਰੀ ਹੈ ਕੀ ਆਪਾਂ ਐਲੋਪੈਥੀ ਕਿਹੜੀ ਛੱਡਣੀ ਹੈ ਕਿਹੜੀ ਬਿਮਾਰੀ 'ਚ ਛੱਡਣੀ ਹੈ ਤੇ ਕਦੋਂ ਛੱਡਣੀ ਹੈ ਕੁਝ ਬਿਮਾਰੀਆਂ ਜਿਹੜੇ ਬਹੁਤ ਅੱਛਾ ਰਿਸਪੌਂਸ ਕਰਨਗੀਆਂ ਕੁਝ ਬਿਮਾਰੀਆਂ ਜਿਹੜੀਆਂ ਬੇਹੱਦ ਥੋੜਾ ਰਿਸਪੌਂਸ ਕਰਦੀਆਂ ਸੋ ਇਹ ਜਾਣਕਾਰੀ ਬੇਹੱਦ ਜ਼ਰੂਰੀ ਹੈ ਇੱਕਦਮ ਕਦੇ ਵੀ ਐਲੋਪੈਥੀ ਦਵਾਈਆਂ ਛੱਡਣੀਆਂ ਨਹੀਂ ਚਾਹੀਦੀਆਂ ਡਾਕਟਰ ਦੀ ਐਡਵਾਈਸ ਤੋਂ ਬਿਨਾ ਇਹ ਮੇਰਾ ਤੁਹਾਨੂੰ ਇੱਕ ਬਹੁਤ ਵੱਡਾ ਸਨੇਹਾ ਹੈ ਕਿਉਂਕਿ ਮੈਂ ਪੇਸ਼ੈਂਟਸ ਦੇ ਬੁਰੇ ਹਾਲ ਹੁੰਦੇ ਹੋਏ ਦੇਖ ਰਹੀ ਹਾਂ ਜਸਟ ਇੱਕ ਹੇਟਰ ਡਿਵੈਲਪ ਹੋ ਗਿਆ ਮੀਡੀਆ ਨੂੰ ਦੇਖਦੇ ਦੇਖਦੇ ਕਿ ਇਹ ਬਹੁਤ ਨੁਕਸਾਨ ਕਰਦੀਆਂ ਹੈ ਇਹਦੇ ਬਹੁਤ ਸਾਈਡ ਇਫੈਕਟਸ ਹੈ ਹੈਗੇ ਹਨ ਮੈਨੂੰ ਪਤਾ ਹੈ ਬਹੁਤ ਹੈਗੇ ਹਨ ਮੈਂ ਐਲੋਪੈਥੀ ਵੀ ਕਰ ਚੁੱਕੀ ਹਾਂ ਮੈਂ ਹੁਣ ਅਲਟਰਨੇਟਿਵ ਮੈਡੀਸਿਨ ਵੀ ਪ੍ਰੈਕਟਿਸ ਕਰ ਰਹੀ ਹਾਂ ਆਈ نو ਹੈਗੇ ਹਨ ਨੁਕਸਾਨ ਪਰ ਤੁਸੀਂ ਆਪਣੇ ਸਰੀਰ ਦਾ ਵੀ ਦੇਖੋ ਨਾ ਜਿਸ ਤਰੀਕੇ ਤੇ ਤੁਹਾਡੀ ਡਿਜ਼ੀਜ਼ ਹੈ ਇਹਨੂੰ ਉਹਦੇ ਨੁਕਸਾਨ ਅਲੋਪੈਥਿਕ ਮੈਡੀਸਿਨ ਲੈਣ ਦੇ ਆ ਕਿ ਉਹਨੂੰ ਛੱਡਣ ਦੇ ਇਹ ਡਿਸੀਜਨ ਬਿਹਤਰ ਜ਼ਰੂਰੀ ਸੋ ਅੱਜ ਮੈਂ ਥੋੜਾ ਜਿਹਾ ਜਲਦੀ ਵਾਈਂਡ ਅਪ ਕਰੂੰਗੀ ਮੈਂ ਤੁਹਾਡੇ ਕੁਐਸਚਨਸ ਲਵੂੰਗੀ ਮੈਂ ਜਾਨਣਾ ਚਾਹੁੰਦੀ ਕਿ ਆਪਣੇ ਕਰੰਟ ਇਸ਼ੂਜ਼ ਕੀ ਤੁਹਾਡੇ ਦਿਮਾਗ 'ਚ ਆ ਗਏ ਤਾਂ ਕਿ ਮੈਂ ਅਗਲੇ ਟਾਪਿਕ ਉਸ ਨਾਲ ਆਪਣੇ ਰੈਡੀ ਕਰਾਂ ਮੇਰਾ ਬਸ ਨਾਰਸ਼ੀਲ ਤੁਹਾਨੂੰ ਇਹ ਦੱਸਣਾ ਸੀ ਇੱਕ ਇੱਕ ਆਪਣੇ ਹੈਲਥ ਦੇ ਪ੍ਰਤੀ ਹੋਲਿਸਟਿਕ ਪੂਰੀ ਪੂਰੀ ਅਪਰੋਚ ਫੁੱਲ ਹਰ ਚੀਜ਼ ਬਸੇ ਅਸੀਂ ਹਰ ਚੀਜ਼ ਨੂੰ ਠੀਕ ਕਰਨਾ ਹੈ ਇੱਕ ਡਿਸਪਲਿੰਡ ਲਾਈਫ ਇੱਕ ਹੋਲਿਸਟਿਕ ਅਪਰੋਚ ਔਰ ਇੱਕ ਨਾਨ ਹੇਟਰੇਡ ਵਾਲੀ ਅਪਰੋਚ ਕਦੇ ਵੀ ਕਿਸੇ ਨੂੰ ਨਫ਼ਰਤ ਕਰਕੇ ਤੁਸੀਂ ਕੁਝ ਪਾ ਨਹੀਂ ਸਕੋਗੇ ਕੁਲਦੀਪ ਜੀ ਮੈਂ ਅੱਜ ਐਨ ਆਈ ਕਵਾਂਗੀ ਤੇ ਆਪਾਂ ਕੁਐਸਚਨਸ ਲੈ ਲੈਣੇ ਆ ਇੱਕ ਮੈਂ ਅੱਜ ਆਪਾਂ ਪਰਟਿਕੂਲਰ ਡਿਜ਼ੀਜ਼ ਨਾਲ ਰਿਲੇਟਡ ਕੋਈ ਕੁਐਸਚਨ ਨਹੀਂ ਲੈਣੇ ਹੈਗੇ ਆਪਾਂ ਉਹ ਲਵਾਂਗੇ ਡਿਜ਼ੀਜ਼ ਵਾਈਜ਼ ਇੱਕ ਮੈਨੂੰ ਜੋ ਅੱਜ ਮੈਂ ਬੋਲਿਆ ਇਹਦੇ ਬਾਰੇ ਤੁਹਾਡੇ ਕੁਝ ਕੁਐਸਚਨਸ ਹੈਗੇ ਆ ਤਾਂ ਉਹ ਮੈਨੂੰ ਦੱਸੋ ਕਸੀ ਹਾਂਜੀ ਅਜੀ ਭੈਣ ਜੀ ਬਹੁਤ ਬਹੁਤ ਧੰਨਵਾਦ ਤੇ ਬਹੁਤ ਸਾਰੇ ਨਵੀਂ ਦਾ ਜਿਹੜੇ ਜੁੜ ਚੁੱਕੇ ਆ ਫੇਸਬੁੱਕ ਤੇ ਵੀ ਦੇਖ ਰਹੇ ਹਾਂ ਤੇ ਸਾਨੂੰ ਖੁਸ਼ੀ ਵੀ ਆ ਕਿ ਭੈਣ ਆਪਾਂ ਦੀਪਜਾਤ ਜੀ ਸਾਡੇ ਨਾਲ ਜੁੜੇ ਨੇ ਤੇ ਜਿਹੜੀ ਸਭ ਤੋਂ ਵੱਡੀ ਖੁਸ਼ੀ ਦਾ ਸਾਨੂੰ ਇਸ ਗੱਲ ਦੀ ਆ ਕਿ ਜੋ ਸਾਨੂੰ ਮਹਿਸੂਸ ਹੋ ਰਿਹਾ ਸੀਗਾ ਤੇ ਅੱਜ ਜੋ ਕ੍ਰਾਂਤੀਕਾਰੀ ਬੋਲ ਡਾਕਟਰ ਮੋਹਨ ਸਿੰਘ ਯਾਰ ਜੀ ਦੇ ਸੀਗੇ ਉਹੀ ਸੇਮ ਉਹੀ ਸਾਨੂੰ ਸਭ ਕੁਝ ਫੇਰ ਦੁਬਾਰਾ ਮਿਲ ਗਿਆ ਇਸ ਦੀ ਮੈਨੂੰ ਬਹੁਤ ਇਸ ਗੱਲ ਦੀ ਅੱਜ ਸੁਣ ਕੇ ਉਹ ਜਿਵੇਂ ਉਹ ਕ੍ਰਾਂਤੀਕਾਰੀ ਉਹਨਾਂ ਦੇ ਬੋਲਾਂ 'ਚ ਦਮ ਸੀਗਾ ਉਸ ਤਾਂ ਹੀ ਭੈਣ ਜੀ ਬੋਲ ਰਹੇ ਨੇ ਉਸ ਤਰ੍ਹਾਂ ਹੀ ਗੱਲ ਕਰ ਰਹੇ ਨੇ ਇਸ ਕੱਪ ਕੇ ਸਾਡੇ ਮਨ 'ਚ ਜਿਹਨੇ ਸੋਤੇ ਵੀ ਜੁੜੇ ਹੋਏ ਆ ਜਾਂ ਫੇਸਬੁੱਕ 'ਤੇ ਦੇਖ ਰਹੇ ਆ ਉਹਨੂੰ ਸਭ ਕੋ ਸੱਚ ਮਹਿਸੂਸ ਹੋਇਆ ਹੋਊਗਾ ਕਿ ਉਹੀ ਸੇਮ ਸਾਨੂੰ ਮਿਲ ਰਿਹਾਗਾ ਇਸ ਕੱਪ ਕੇ ਭੈਣ ਜੀ ਤੁਹਾਡਾ ਬਹੁਤ ਧੰਨਵਾਦ ਆ ਇਸ ਗੱਲ ਦਾ ਤੇ ਦੂਜੀ ਗੱਲ ਕਿ ਜਿਵੇਂ ਇਹ ਵਿੱਚ ਡਾਕਟਰ ਬਿਸ਼ੂਪਰਾਇ ਜੀ ਬੋਲਦੇ ਹੁੰਦੇ ਸੀਗੇ ਕਿ ਜਿੱਥੇ ਡਾਕਟਰ ਯਾਰ ਜੀ ਖੜ ਜਾਂਦੇ ਜਦੋਂ ਦੀ ਐਮਬੀਬੀਐਸ ਐਮਡੀ ਡਿਗਰੀ ਜਦੋਂ ਕਹਿ ਰਹੇ ਹੁੰਦੇ ਸੀ ਤੇ ਉੱਥੇ ਸਾਰੇ ਬੋਲਤੀ ਸਾਰਿਆਂ ਦੀ ਬੰਦ ਹੋ ਜਾਂਦੀ ਸੀ ਉਸ ਲਾਈਨ ਤੇ ਸਾਨੂੰ ਖੇਰ ਭੈਣ ਜੀ ਜਿਹੜੇ ਉਹ ਐਮਬੀਬੀਐਸ ਕੀਤੀ ਹੋਈ ਇਹਨਾਂ ਦੀ ਲਾਈਨ ਦੇ ਵਿੱਚੋਂ ਉਸ ਤੋਂ ਦੁਆਏ ਹੋਏ ਸਾਰੀ ਕੋ ਜਾਣਕਾਰੀ ਰੱਖ ਕੇ ਸਾਨੂੰ ਮਿਲੇ ਆ ਇਸ ਕਰਕੇ ਸਾਡੀ ਇਹ ਬਹੁਤ ਅਸੀਂ ਕਹਿੰਨੇ ਅਸੀਂ ਭਾਗਾਂ ਵਾਲੇ ਆ ਤੇ ਜਿੰਨੇ ਵੀ ਜੁੜੇ ਹੋਏ ਨੇ ਮੈਂ ਸਾਰਿਆਂ ਨੂੰ ਇੱਕ ਹੋਰ ਜ਼ਰੂਰੀ ਬੇਨਤੀ ਕਰੂੰਗਾ ਕਿ ਹਰ ਆਪਾਂ ਮੰਗਲਵਾਰ 8 ਵਜੇ ਜੁੜਿਆ ਕਰਾਂਗੇ ਤੇ ਆਪ ਮਾਜਿਪਾ ਮੈਂ ਮੈਸੇਜ ਮੈਂ ਹੁਣ ਬ੍ਰਾਡਕਾਸਟ ਲਿਸਟਾਂ ਦੇ ਪਾਪ ਆਪਕੇ ਤੁਸੀਂ ਲੋਕ ਜੋੜੇ ਹੋ ਭੁੱਲ ਜਾਂਦੇ ਹੋ ਤੇ ਹੁਣ ਅਸੀਂ ਜ਼ਿੰਮੇਵਾਰੀ ਇਹ ਸਮਝਨੀ ਆ ਸਾਰਿਆਂ ਨੇ ਇਸ ਲਹਿਰ ਨੂੰ ਅਸੀਂ ਅੱਗੇ ਲੈ ਕੇ ਜਾਣਾ ਭੈਣ ਜੋ ਉਸੇ ਤਰ੍ਹਾਂ ਹੀ ਉੱਥੇ ਪਟਿਆਲੇ ਜਿਹੜਾ ਹੈਗਾ ਉਹ ਸੈਂਟਰ ਚੱਲਦਾ ਹੈ ਡਾਕਟਰ ਯਾਦਜੀ ਵਾਲਾ ਤੇ ਉੱਥੇ ਉਸੇ ਤਰ੍ਹਾਂ ਹੀ ਸਾਰੀ ਦੀ ਸਾਰੀ ਆਨਲਾਈਨ ਵੀ ਤੁਹਾਨੂੰ ਮਿਲ ਰਿਹਾਗਾ ਇਹ ਸਾਰੇ ਭੈਣ 10 ਵੀ ਦਿਨ ਦੇ ਉਸ ਬਾਰੇ ਤੇ ਅਸੀਂ ਉਸ ਇਸ ਲਹਿਰ ਨੂੰ ਅੱਗੇ ਵਧਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਮਿਹਨਤ ਕਰਨੀ ਪੈਣੀ ਆ ਤੇ ਤੁਸੀਂ ਸਹਿਯੋਗ ਇਹ ਦੇਣਾ ਕਿ ਆਪਾਂ ਜਿਹੜਾ ਇਹ ਹਰ ਮੰਗਲਵਾਰ ਤੁਸੀਂ ਆਪ ਦੀ ਆਪੀ ਗਰੁੱਪਾਂ ਦੇ ਵਿੱਚ ਇਹ ਫੇਸਬੁੱਕ ਜਿਹੜਾ ਲੈਂਕਾ ਜੂਮ ਟੂਬ ਦਾ ਜੂਮ ਦਾ ਤੇ ਫੇਸਬੁੱਕ ਦਾ ਇਹੀ ਰਹੇਗਾ ਹਰ ਵਾਰੀ ਇਹ ਤੁਸੀਂ ਆਪੀ ਗਰੁੱਪਾਂ ਦੇ ਵਿੱਚ ਪਾਉਣਾ ਤੇ ਦੂਜਿਆਂ ਨੂੰ ਯਾਦ ਕਰਾਉਣਾ ਇਹ ਤੁਹਾਨੂੰ ਸਾਰੇ ਵੀਰਾਂ ਨੂੰ ਜਿਹੜੇ ਸਰੋਤ ਤੇ ਸੁਣ ਰਹੇ ਆ ਡਾਕਟਰ ਯਾਜਨਾ ਪੁਰਾਣੇ ਸਮੇਂ ਤੋਂ ਜੁੜੇ ਹੋਏ ਆ ਸਾਰੇ ਵਿੱਚ ਜੁੜੇ ਹੋਏ ਨੇ ਉਹਨਾਂ ਨੇ ਇਹ ਫਰਜ਼ ਨਿਭਾਉਣਾ ਸਾਰਿਆਂ ਨੇ ਅਸੀਂ ਕਿ ਅਸੀਂ ਇਸ ਨੂੰ ਕਿਸਵੇਂ ਅੱਗੇ ਲੈ ਕੇ ਜਾਣਾ ਲੈਰ ਨੂੰ ਸਾਰਿਆਂ ਨੇ ਰੱਖ ਕੇ ਇਹਦੇ ਵਿੱਚ ਮੈਂ ਸਾਰਿਆਂ ਦਾ ਜਰੂਰ ਸਹਿਯੋਗ ਬੇਨਤੀ ਕਰੂੰਗਾ ਕਿ ਤੁਸੀਂ ਦੇਣਾਗਾ ਇਸ ਨੂੰ ਜਿਹੜਾ ਹਰ ਮੰਗਲਵਾਰ ਨੂੰ ਸਹੀ ਟਾਈਮ ਤੇ ਜਾਂ ਉਸ ਤੋਂ ਪਹਿਲਾਂ ਗਰੁੱਪਾਂ ਦੇ ਵਿੱਚ ਪਾ ਕੇ ਆਪ ਹੀ ਆਪਣੇ ਸਰੋਤਨ ਨੂੰ ਵਾਤਵਾਂ ਜੋੜਨਾ ਤੇ ਜਦੋਂ ਭੈਣ ਜੀ ਉਹਨਾਂ 8 ਵਜੇ ਦੇ ਨੂੰ ਸਾਡੀ ਜਿਹੜੀ 100 ਵਾਲੀ ਇਹਦੀ ਲਿਮਟ ਆ ਉਹ ਪੂਰੀ ਹੋਇਆ ਕਰੇ ਬਾਕੀ ਲੋਕ ਫੇਸਬੁੱਕ ਤੇ ਜੁੜ ਜਾ ਕਰਨਗੇ ਇਸ ਕਰਕੇ ਅਸੀਂ ਸਾਡਾ ਜਿਹੜਾ ਹੈਗਾ ਫਿਰ ਜਿਹੜਾ ਬਲਾਰਾਗਾ ਉਹਨਾਂ ਦਾ ਹੋਰ ਮਸਲਾ ਵਾਧਾਗਾ ਕਿ ਜਿਵੇਂ ਜਿਵੇਂ ਲੋਕ ਜੁੜ ਰਹੇ ਆ ਤਾਂ ਬਹੁਤ ਵਧੀਆ ਹੋ ਰਿਹਾ ਇਸ ਕਰਕੇ ਇਹ ਪੱਕਾ ਟਾਈਮ 8 ਵਜੇ ਦਾ ਤੁਸੀਂ ਸਹੀ ਟਾਈਮ ਤੇ ਜੁੜ ਜਾ ਕਰਨਾ ਹੁਣ ਜਿਹੜੇ ਹੈਗੇ ਵੀਰ ਮੈਂ ਭੈਣ ਜੀ ਨੇ ਕਹਿ ਸਮ ਦੇ ਜੀ ਤੁਹਾਡੀ ਕੋਈ ਰਾਏ ਆਪਾਂ ਅੱਜ ਕੋਈ ਬਿਮਾਰੀ ਬਾਰੇ ਡਿਸਕਸ ਕਰ ਨਹੀਂ ਕਰਾਂਗੇ ਕਿ ਤੁਸੀਂ ਆਪਣੀ ਮਾਰੀ ਬਾਰੇ ਕੋਈ ਗੱਲ ਕਰੋ ਉਸ ਲੋਤੇ ਤੁਸੀਂ ਆਪਣੀ ਜਿਹੜੀ ਹੈਗੀ ਆ ਸਮਝਦੇ ਹੋ ਸਾਰੀਆਂ ਗੱਲਾਂ ਨੂੰ ਐਂਡ ਅਮਰਜੀਤ ਸਿੰਘ ਛਿੰਨੀਵਾ ਜੋ ਕੋ ਹੌਸਟ ਨੇ ਭੈਣ ਜੀ ਇਹ ਵੀ ਉੱਥੋਂ ਆਗੇ ਸੀਗੇ ਡਾਕਟਰ ਯਾ ਜੀ ਨੇ ਉਹ ਸਾਰਾ ਇਹ ਸਟੱਡੀ ਕਰਕੇ ਦੱਸਦੇ ਹੁੰਦੇ ਇਹ ਦੇਸ਼ਾਂ ਦੇ ਵਿੱਚੋਂ ਬਾਫਕਸੇ ਆਪਣੇ ਆਸਟ੍ਰੇਲੀਆ ਤੋਂ ਬਾਸ ਆਗੇ ਸੀਗੇ ਇਹਨੇ ਉੱਥੇ ਕਰਾਇਆ ਨਹੀਂ ਸੀਗਾ ਕਰੋਨਾ ਦੇ ਵਿੱਚ ਹੀ ਵੈਕਸੀਨ ਲਵਾਈ ਸੀ ਤੇ ਉਹ ਸਾਰਿਆਂ ਗੱਲਾਂ ਵਾਲੇ ਉਹ ਵੀ ਸਮਝਦੇ ਨੇ ਉਹਨਾਂ ਨੂੰ ਬੇਨਤੀ ਕਰਉ ਉਹ ਵੀ 2 ਮਿੰਟ ਆਪਣੀ ਗੱਲਬਾਤ ਰੱਖੋ ਜਿਹੜੇ ਜਿਹੜੇ ਵੀਰ ਜੁੜੇ ਹੋਏ ਨੇ ਜਰੂਰ ਹੈਂਡ ਰੇਜ ਕਰੋ ਆਪਣੇ ਆਪਣੇ ਵਿਚਾਰ ਆ ਤੁਸੀਂ ਦਿਓ ਤੁਹਾਨੂੰ ਕਿਵੇਂ ਲੱਗਿਆ ਇਹ ਅੱਜ ਦਾ ਕਿਵੇਂ ਅਸੀਂ ਕਰਨ ਨੂੰ ਅੱਗੇ ਚਲਾਉਣਾ ਕੀ ਕੀ ਤੁਹਾਨੂੰ ਲੱਗ ਰਿਹਾਗਾ ਤੁਸੀਂ ਆਪ ਹੀ ਹੈਂਡ ਰੇਜ ਕਰੋ ਤਾਂ ਤੁਹਾਨੂੰ ਟਾਈਮ ਦਿੱਤਾ ਜਾਊਗਾ ਫਿਰ ਆਪਾਂ ਸਾਰਿਆਂ ਨੇ ਇੱਕ ਵਿਚਾਰ ਨੇ ਸਾਂਝ ਪਾ ਕੇ ਇਸ ਪ੍ਰੋਗਰਾਮ ਨੂੰ ਅੱਗੇ ਤੋਰਨਾਗਾ ਇਸ ਕਰਕੇ ਤੁਹਾਡੇ ਸਾਰਿਆਂ ਦੇ ਜਿਹੜੇ ਵਿਚਾਰ ਆ ਉਹ ਜ਼ਰੂਰੀ ਅੱਜ ਅਮਰਜੀਤ ਸਿੰਘ ਜੀ ਨੀ ਬਾਤ ਤੁਸੀਂ ਅਨਮਿਊਟ ਕਰਿਓ ਜੀ ਹਾਂ ਜੀ ਧੰਨਵਾਦ ਸਰਦਾਰ ਗਗਨ ਸਿੰਘ ਜੀ